ਆਪਣਾ ਚਮਕੀਲੇ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਹਾਂ ਉਹ ਅਮਰ ਸਿੰਘ ਚਮਕੀਲਾ ਬਾਈ ਦੀ ਜਿਹੜੀ ਮੂਵੀ ਆ ਰਹੀ ਹੈ ਦਲਜੀਤ ਦੋਸਾਂਝ ਦੇ ਨਾਲ ਪ੍ਰਨੀਤੀ ਚੋਪੜਾ, ਤੇ ਉਹਦਾ ਅਫੀਸ਼ਲੀ ਟ੍ਰੇਲਰ ਆ ਚੁੱਕਿਆ, ਉਹ ਦੇਖਣਾ ਕਰਦੇ ਆ। ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਜਿਹੜੇ ਚਮਕੀਲੇ ਬਾਈ ਨੂੰ ਜਾਂ ਦਲਜੀਤ ਦੋਸਾਂਝ ਬਾਈ ਨੂੰ ਪਿਆਰ ਕਰਦੇ, ਵੀਡੀਓ ਲਾਈਕ ਕਮੈਂਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੇ ਬਾਕੀ ਗੱਲਾਂ ਆਪਾਂ ਬਾਅਦ ਕਰਦੇ, ਪਹਿਲੇ ਦੇਖਦੇ ਆ ਅਫੀਸ਼ਲੀ ਟ੍ਰੇਲਰ। ਤੇ ਪਾਛੀਆਂ ਰੰਗਾ ਦੀ ਚਮਕੀਲਾ, ਐਲਵਿਸ ਆਫ ਪੰਜਾਬ, ਜੋ ਦੁਨੀਆ ਭਰ ਮੇਂ ਆਪਣੇ ਗੰਦੇ ਔਰ ਅਸ਼ਲੀਲ ਗੀਤੋਂ ਕੇ ਲਿਏ ਜਾਣਾ ਜਾਤਾ ਹੈ। ਔਰ ਆਪਕੋ ਤੋ ਬਿਲਕੁਲ ਸਮਝ ਨਹੀਂ ਆ ਰਹਾ ਹੋਗਾ ਕਿਉਂ। ਓ ਮੈਂ ਬਤਾਤਾ ਹੂੰ ਜੀ। ਅੱਛਾ, ਕੁੜੀ ਨੇ ਜਦੋਂ ਕਹਿਣਾ ਕਿ ਇਹ ਚਮਕੀਲਾ ਮਤਲਬ ਇਦਾਂ ਦੇ ਗੀਤਾਂ ਕਰਕੇ ਜਾਂ ਤਾਂ ਕਰਕੇ ਜਾਣਿਆ ਜਾਂਦਾ, ਉਹ ਕਹਿੰਦਾ ਤੈਨੂੰ ਤਾਂ ਬਿਲਕੁਲ ਸਮਝ ਨਹੀਂ ਆਉਂਦੀ। ਮੈਂ ਦੱਸਦਾ, ਬਾਕੀ ਦਲਜੀਤ ਦੋਸਾਂਝ ਬਾਈ ਬਿਲਕੁਲ ਯਾਰ ਰੀਅਲ ਚ ਉਹ ਚੀਜ਼ ਆਪਣੇ ਆਪ ਨੂੰ ਢਾਲਣਾ ਬਾਈ ਬਹੁਤ ਤਗੜੀ ਚੀਜ਼। ਬਾਈ ਜਰਾਬੇ ਬਣਾਤਾ ਹੂੰ ਕਾਰਖਾਨੇ ਮੇਂ, ਜਬਕਿ ਦਿਨ ਰਾਤ ਮੇਰੇ ਦਿਮਾਗ ਮੇਂ ਸੰਗੀਤ ਚੱਲ ਰਹਾ ਹੋਤਾ ਹੈ ਔਰ ਮੈਂ ਜਰਾਬੇ ਬਣਾ ਰਹਾ ਹੂੰ। ਤੂੰ ਹੈ ਕੌਣ? ਆਜ ਕੁਛ ਨਹੀਂ ਹੋ ਜੀ, ਪਰ ਕੱਲ ਹੋ ਜਾਏਗਾ। ਹਾਂ, ਇਸ਼ਕ ਮਿਟਾਏ ਹਾਏ ਹਾਏ ਨਿਮਾਏ ਮੇਰਾ ਇਸ਼ਕ ਮਟਾਏ ਮਿਟਾਏ ਹਾਏ ਹਾਏ ਗਾਣਾ ਬਹੁਤ ਚਮਕੀਲਾ। ਮੇਰਾ ਨਾਮ ਹੀ ਗਲਤ ਬੋਲ ਦਿਆ, ਮੈਂ ਸੰਦੀਲਾ ਬੋਲਾ ਸਾ। ਉਹ ਤਾਂ ਜਾਣਾ ਯਾਰ, ਕੱਲ ਕੋ ਕੌਣ ਤੇਰਾ ਨਾਮ ਯਾਦ ਰੱਖਣੇ ਵਾਲਾ, ਚਲ ਜਾ। ਤੇਰੀ ਮਾਂ ਦੀ ਤਲਾਸ਼ੀ ਰਹਿਣੀ ਨਹੀਂ, ਬਾਪੂ ਸਾਡਾ ਗੁੰਮ ਹੋ ਗਿਆ। बात तो बताया मुझे कि लोग क्या सुनना चाहते हैं, उन्हें किस चीज में मजा आता है और वो मैं कर सकता हूँ। साजी को लड़की चाहिए होती थी ना, मतलब अखाड़ों में गाने के लिए। आपने कोई गीत सुना मेरा? सुना है जी। और अब वो हुआ, दोनों ने मिलकर बहुत से हल्के गाने गाए, जोड़ी हिट हो गई। आप जो कह रहे थे ना वो अब हुआ। वो तो मेरे मलंग था गरीबों के, वो संग मजलूम का मसीहा, ऊंचे लोगों से वो तंग, जूता से उसकी ही कटिया, झूठे जग से तू उसकी ही कटिया। तेरे के चुप के सुनेंगे, हंसेंगे हंस हंस के मरेंगे। सुन सारे दम दिल। मैंने लगता कि इस ट्रेलर दे ना ज्यादा दिखाया जा रहा है, या इधर बहुत रियल चीजें रखी जाएंगी। जिदा बाई की जोड़ी फिल्म आई सी, आपां उहदे च वी देखिया, उहदे च वी कुछ इहो जिहियां गल्लां सी जिहड़ियां चमकीले बाई नाल रलदियां सी। ਮਗਰ ਮੈਨੂੰ ਲੱਗਦਾ ਕਿ ਇਹ ਮੂਵੀ ਦੇ ਵਿੱਚ ਪੂਰੀ ਰਿਐਲਿਟੀ ਰੱਖੀ ਜਾਊਗੀ। ਚਲੋ ਕੁਛ ਮਸਾਲਾ ਵੀ ਦਿੱਤਾ ਜਾਂਦਾ, ਮਗਰ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਰਿਐਲਿਟੀ ਜ਼ਿਆਦਾ ਹੋਊਗੀ। ਕਲਾਕਾਰ ਮਹਾਨ ਹੈ, ਲੇਕਿਨ ਤੂੰ ਆਪਣਾ ਹੈ ਚਮਕੀਲੇ। ਓਹ ਇੱਕ ਬਹੁਤ ਰਾਇ ਸਾਲਾ, ਐਸੀ ਬਾਤਾਂ ਲਿਖਤਾ ਹੈ ਮਰਦੋ ਕਿ ਆ ਬੜੀ ਘੈਂਟ ਗੱਲ ਕਿ ਬਾਕੀ ਤੂੰ ਕਲਾਕਾਰ ਮਹਾਨ ਆ, ਮਗਰ ਤੂੰ ਆਪਣਾ, ਕਿਸੇ ਨੂੰ ਆਪਣਾ ਸਮਝਣਾ ਬਹੁਤ ਵੱਡੀ ਗੱਲ ਹੁੰਦੀ। ਜਿੱਦਾਂ ਆਪਾਂ ਸਿੱਧੂ ਭਾਈ ਨੂੰ ਆਪਣਾ ਸਮਝਦੇ ਹਾਂ, ਗਾਉਣ ਤੇ ਸਾਰੇ ਸਿੰਗਰ ਘੈਂਟ ਆ, ਮਗਰ ਇੱਕ ਆਪਣਾਪਨ ਫੀਲ ਹੋਣਾ ਕਿਸੇ ਸਿੰਗਰ ਦੇ ਚ ਉਹ ਬਹੁਤ ਵੱਡੀ ਗੱਲ ਹੁੰਦੀ। ਪਰ ਜੀ ਰੋਕ ਤਾਂ ਕਿਉਂ ਨਹੀਂ ਉਸੇ? ਮਾਰਾ ਚਿਪਕੀ ਲਿਆ, ਮਾਰਾ। ਵਾਰਨਿੰਗ ਦੇਣੇ ਬੁਲਾਇਆ ਮੈਨੇ ਤੁਝੇ, ਤੂੰ ਬਹੁਤ ਗੰਦੇ ਗਾਣੇ ਗਾਤਾ ਹੈ ਚਮਕੀਲਾ। ਇਹ ਬੰਦੂਕ ਵਾਲੇ ਕਾ ਤੂੰ ਕਾਮੇ ਗੋਲੀ ਚਲਾਨਾ, ਤੂੰ ਇਹ ਚਲਾਏਂਗੇ। ਹਮ ਗਾਣੇ ਬਜਾਨੇ ਵਾਲੇ, ਹਮਾਰਾ ਕਾਮ ਹੈ ਗੀਤ ਗਾਣਾ, ਤੂੰ ਗਾਏਂਗੇ। मुझे अपने आप को ना बड़े पर्दे पे देखने का बड़ा शौक है। पहले तो मैं हीरो ही बनना चाहता था। अच्छा, मैं भी। सारे पंजाबी यही चाहते हैं। सही गल है। हाँ जी, ये 12 अप्रैल नूं अपने नेटफ्लिक्स ते रिलीज होनी है मूवी। बाकी यार मैनूं लगदा कि इहदे च कई चीजां दा जिहड़े डाउट सी लोकां दे मना च, है ना, वह चीज़ क्लीयर की जाऊगी। क्योंकि दलजीत दोसांझ, मैं ये चीज़ देखा, फेक चीज़ा घट ही विखा मूवी के, बड़ी रियलिटी जी रखता, जिदा का बई हैगा वा या जिदा की जी स्टोरी फड़ी आ, बहुत मतलब बहुत लंबे समय तक वो बई रियलिटी ही रखता वा। तो मैं ये ट्रेलर वेख के भी यही लग रहा कि जो चमकीले ना होया या जिदा होया, क्योंकि आप चीज़ा सुनिया ही हाँ इदा होया इदा होया, मगर वो चीज़ आप कभी वेखी नहीं आ। दलजीत दोसांझ बई ने जिदा, मैं एक इंटरव्यू बई का देखा कि ਮੈਂ ਸੋਚਦਾ ਸੀ ਸਭ ਤੋਂ ਜ਼ਿਆਦਾ ਚਮਕੀਲੇ ਬਾਰੇ ਮੈਂ ਜਾਣਦਾ, ਮਗਰ ਜਦੋਂ ਮੈਂ ਇਹਨਾਂ ਨਾਲ ਮਿਲਿਆ ਪ੍ਰੋਡਿਊਸਰ ਵਗੈਰਾ, ਮੈਨੂੰ ਇੰਝ ਲੱਗਾ ਕਿ ਮੈਂ ਉਹਦੇ ਬਾਰੇ ਕੁਛ ਵੀ ਨਹੀਂ ਜਾਣਦਾ। ਅਤੇ ਮੈਨੂੰ ਲੱਗਦਾ ਕਿ ਇਹ ਮੂਵੀ 'ਚ ਬਹੁਤ ਜ਼ਿਆਦਾ ਰਿਐਲਿਟੀ ਹੋਊਗੀ। ਅਤੇ ਬਾਕੀ ਦੇਖਣਾ ਕਰਿਓ ਸਾਰੇ ਜਣੇ, ਅਤੇ ਮੈਂ ਵੀ ਜ਼ਰੂਰ ਦੇਖੂੰਗਾ। ਬਾਕੀ ਇਹਦਾ ਰਿਵਿਊ ਵੀ ਕਰਾਂਗੇ ਆਪਾਂ। ਬਾਕੀ ਜੇ ਤੁਹਾਨੂੰ ਇਹ ਟ੍ਰੇਲਰ ਰਿਐਕਸ਼ਨ ਵਧੀਆ ਲੱਗਾ ਤਾਂ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਬਾਕੀ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ। ਸਤਿ ਸ਼੍ਰੀ ਅਕਾਲ।